पिंड सिंगेवाला फतूहीवाला दी इक औरत जो कि एक विधवा औरत है इसके दो पुत्रां नू नशे ने निकल लिया अते दोनों पुत्रां दी नशे दे कारण ही मौत हो गई। पर इत्थे हैरानगी दी गल इह है कि तीजा पुत भी नशे दे विच तुत रहिंदा है जो कि पूरी तरह हुण मंजे दे उत्ते पिया है। इस विधवा औरत ने हुण सरकारां दे खिलाफ अपना गुस्सा कढ़िया है अते मंग कीती है कि नशा आखिर कदों बंद होवेगा, कदों जो नौजवान पीढ़ी है इस नशे तों मुक्त होवेगी। फिलहाल सरकार दे उत्ते धरने लाउंदी होई इह औरत दा की कहना है, आओ सुणदे हां। असीं जी भारतीय किसान जथेबंदी अग्राहां वल्लों पंजाब खेत मजदूर यूनियन वल्लों ते नाल ही सिंगेवाला फतूहीवाला दोहां पिंडां दीआं पंचायतां वल्लों मैंबर सरपंच मौजूदा साबका ते होर मोहतवर नौजवान विद्यार्थी साडियां मावां भैणां सारे दोहें पिंड जिहड़े दी इस गल दे उत्ते जुटे है कि जिहड़ी नशे की हवा साढ़े पंजाब दे विच ते साढ़े पिंड दे विच फैल चुकी है, पंजाब चों फैलदी फैलदी साढ़े पिंडां नूं भी इहने निगल लिया हैगा ते इस दा जिहड़ी नशे दे शिकार हो के आ जिहड़ियां साडे नौजवानां दीआं मौतां इह वड्डी पद्धर ते हो रहीआं ते इत्थे भी आ पिछले दिनां दे विच फतूहीवाला दे विच इक घर दे विच जिहड़े पवन सिंह उह मजदूरी करदा सी उह आप तुर गिआ, उहदे घर वाली आ विधवा, उहदे तिन्न बच्चे ने, इक 21 साल दा चानण सिंह इह 34 दिन पहलां इह नशे दा भेट चढ़ के तुर गिआ ते 34 दिनां बाद उहदा दूजा मुंडा जिहड़ा हैगा 19 साल दा उह वी जिहड़ा हैगा पिछले दिनां दे विच उह उहदा नशे दा शिकार हो के उह तुर गिआ हैगा ते तीजा मुंडा जिहड़ा उहदे बचण दी उम्मीद नहीं, उह वी नशे दी लपेट दे विच है। उहदे जिहड़ा देवर हैगा सही राम उसदा भी एक मुंडे नू उत्थे दाखल कराया होया हैगा नशा छुड़ाऊ केंद्र दे विच। इस करके जदों एक एक परिवार दे विच तिन तिन जी तुर जाण मौत दे मूँह च जा पैण ਤਾਂ ਇਹ ਜਿਹੜੀ ਬਹੁਤ ਵੱਡੀ ਸਾਡੀ ਸਮੱਸਿਆ ਬਣ ਗਈ। ਇਸ ਕਰਕੇ ਇਸ ਗੱਲ ਨੂੰ ਲੈਂਦੇ ਹੋਏ ਦੋਹਾਂ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਗੱਲ ਨੂੰ ਸਮਝਿਆ ਕਿ ਜੇ ਇਹ ਹਵਾ ਸਾਡੇ ਜਿਹੜੀ ਅੱਗ ਹੈਗੀ ਆ ਇਹ ਐਂ ਫੈਲ ਗਈ ਤਾਂ ਸਾਡੇ ਘਰਾਂ ਨੂੰ ਵੀ ਸੇਕ ਲੱਗਣਾ। ਇਸ ਕਰਕੇ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰਿਆਂ ਨੇ ਇਸ ਨੂੰ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ, ਮੈਂਬਰਾਂ ਸਰਪੰਚਾਂ ਨੇ, ਮੌਜੂਦਾ ਨੇ, ਸਾਬਕਾ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ, ਨੌਜਵਾਨਾਂ ਨੇ, ਵਿਦਿਆਰਥੀਆਂ ਨੇ, ਸਭ ਨੇ ਜਿਹੜੀ ਦੀ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਇਆ। ਅੱਜ ਵੱਡੀ ਗਿਣਤੀ 'ਚ ਜਿਹੜੇ ਸਾਡੇ ਇਸ ਜਿਹੜਾ ਅਸੀਂ ਪਰਸੋਂ ਮਿਥਿਆ ਸੀ ਕਿ ਇੱਥੇ ਜਿਹੜਾ ਪਿੰਡ ਦੇ ਵਿੱਚ ਮਾਰਚ ਕੱਢਣਾ ਉਹ ਮਾਰਚ ਅੱਜ ਅਸੀਂ ਕੱਢ ਰਹੇ ਹਾਂ ਅਤੇ ਸਰਕਾਰ ਨੂੰ ਜਿਹੜੀਆਂ ਪਿਛਲੀਆਂ ਸਰਕਾਰਾਂ ਅਤੇ ਹੁਣ ਵਾਲੀ ਸਰਕਾਰ ਹੈ ਇਸ ਨੂੰ ਵੀ ਅਸੀਂ ਜ਼ਿੰਮੇਵਾਰ ਸਮਝਦੇ ਹਾਂ ਕਿ ਜੇ ਇਹ ਕੋਈ ਵਬਾ ਐਂ ਨਹੀਂ ਹੈਗੀ ਵੀ ਇਕੱਲਾ ਕੋਈ ਕਹਿ ਰਿਹਾ ਨੌਜਵਾਨ ਜ਼ਿੰਮੇਵਾਰ ਨੇ, ਇਹਦੇ ਵਾਸਤੇ ਪਿਛਲੀਆਂ ਸਰਕਾਰਾਂ ਵੀ ਜ਼ਿੰਮੇਵਾਰੀਆਂ ਅਤੇ ਹੁਣ ਵਾਲੀ ਸਰਕਾਰ ਵੀ ਮੌਜੂਦਾ ਦੇ ਸਿਰ ਬਾਹਲੀ ਜ਼ਿੰਮੇਵਾਰੀ ਆਉਂਦੀ ਹੈ। ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਤਾਂ ਥੋੜ੍ਹੇ ਦਿਨਾਂ ਦੇ ਵਿੱਚ ਹੀ ਨਸ਼ਾ ਖਤਮ ਕਰ ਦਾਂਗੇ। ਇਸ ਕਰਕੇ ਇਹ ਨਸ਼ੇ ਦੀ ਹਵਾ ਜਿਹੜੀ ਹੈਗੀ ਆ ਬਹੁਤ ਵੱਡੀ ਪੱਧਰ 'ਤੇ ਸਾਡੇ ਸਮਾਜ ਦੇ ਵਿੱਚ, ਸਾਡੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਅਤੇ ਸਾਡੇ ਪਿੰਡਾਂ ਦੇ ਵਿੱਚ ਫੈਲ ਕੇ ਸਾਡੇ ਜਿਹੜੇ ਮੌਤਾਂ ਦਾ ਇਹ ਜਿਹੜਾ ਹੈਗਾ ਰੂਪ ਧਾਰ ਚੁੱਕੀ ਹੈ। ਅਗਲੀ ਰਣਨੀਤੀ ਅਸੀਂ ਇਹਨਾਂ ਨੌਜਵਾਨਾਂ ਨੂੰ ਸਮਝਾਉਣਾ ਹੈਗਾ ਕਿਉਂਕਿ ਇਹ ਨੌਜਵਾਨ ਜਿਹੜੇ ਕਰਾਹੇ ਪਏ ਹੋਏ ਜਿਹੜੇ ਇਹਦੀ ਲਪੇਟ 'ਚ ਆਏ ਹੈਗੇ ਆ ਉਹਨਾਂ ਨੂੰ ਸਮਝਾਉਣ ਵਾਸਤੇ ਅਸੀਂ ਬਕਾਇਦਾ ਜਿਹੜੀ ਹੈਗੀ ਆ ਪਲੈਨਿੰਗ ਬਣਾਉਣੀ ਆ ਕਿ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨਾਲ ਵੀ ਉਹਨਾਂ ਨੂੰ ਪੂਰਾ ਜਿਹੜੀ ਅਸੀਂ ਸਹਿਯੋਗ ਦਈਏ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਨ ਦਾ ਵੀ ਅਤੇ ਜਿਹੜੇ ਕੋਈ ਮਾੜਾ ਮੋਟਾ ਕਰ ਰਹੇ ਨੇ ਉਹਨਾਂ ਨੂੰ ਵੀ ਅਸੀਂ ਸਮਝਾ ਕੇ ਜਿਹਦੇ ਇਹ ਦੌਰ ਚਲਾਉਣਾ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਹੈਗਾ ਸਰਕਾਰ ਜਿਹੜੇ ਵੱਡੇ ਸਮਗਲਰਾਂ ਨੂੰ ਹੱਥ ਪਵੇ ਨਾ ਕਿ ਜਿਹੜੇ ਮਾੜੇ ਮੋਟੇ ਚਿੱਟੇ ਦਾ ਸ਼ਿਕਾਰ ਆ ਉਹਨਾਂ ਨੂੰ ਫੜ ਕੇ ਅਤੇ ਕਾਗਜ਼ਾਂ ਦਾ ਢਿੱਡ ਪੂਰਾ ਕਰਕੇ ਅਤੇ ਸਰਕਾਰ ਇਹ ਦਿਖਾ ਰਹੀ ਹੈ ਕਿ ਅਸੀਂ ਤਾਂ ਸਮਗਲਰਾਂ ਨੂੰ ਜੇਲ੍ਹਾਂ ਸਿੱਟ ਰਹੇ ਹਾਂ। ਇਸ ਕਰਕੇ ਇਹ ਉਹਨਾਂ ਸਮਗਲਰਾਂ ਨੂੰ ਜਿਹੜੇ ਵੱਡੇ ਸਮਗਲਰਾਂ ਨੂੰ ਨੱਥ ਪਾਵੇ ਅਤੇ ਦੂਜਾ ਪ੍ਰਬੰਧ ਕਰੇ ਜਿਹੜੇ ਪੀੜਤ ਨੇ ਨਸ਼ੇ ਤੋਂ ਕਿ ਉਹਨਾਂ ਦਾ ਜਿਹੜਾ ਇਲਾਜ ਅਤੇ ਉਹਨਾਂ ਨੌਜਵਾਨਾਂ ਦੇ ਮੁੜ ਵਸੇਵੇ ਦਾ ਪ੍ਰਬੰਧ ਕਿਉਂਕਿ ਇਹ ਜਦੋਂ ਕੋਈ ਰੁਜ਼ਗਾਰ ਨਹੀਂ ਮਿਲਦਾ ਉਹ ਕੀ ਕਰਦੇ ਆ ਚਿੱਟਾ ਨਾਲੇ ਆਪ ਲਿਆਉਂਦੇ ਆ ਨਾਲੇ ਉਹਦੇ ਨਾਲ ਉਹ ਲੱਗੇ ਹੋਏ ਨੇ ਆਪਦੇ ਜਿਹੜਾ ਉਹ ਕਮਾਈ ਦਾ ਸਾਧਨ ਬਣਾਇਆ। ਇਸ ਕਰਕੇ ਜੇ ਸਰਕਾਰ ਰੁਜ਼ਗਾਰ ਦੇਵੇ ਤਾਂ ਕੋਈ ਦਿੱਕਤ ਨਹੀਂ। ਨੌਜਵਾਨ ਜਿਹੜੇ ਨਿਰਾਸ਼ਾ ਦੇ ਆਲਮ 'ਚ ਨੇ ਜਦੋਂ ਉਹਨਾਂ ਨੂੰ ਕਿਤੇ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ, ਜਦੋਂ ਉਹ ਪੜ੍ਹ ਲਿਖ ਜਾਂਦੇ ਨੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਹੈਗਾ ਗਾਂਹ ਜਦੋਂ ਕਿਤੇ ਨੌਕਰੀ ਨਹੀਂ ਮਿਲਦੀ ਤਾਂ ਮਾਹੌਲ ਦੇ ਵਿੱਚੋਂ ਜਦੋਂ ਉਹਨਾਂ ਨੂੰ ਕੋਈ ਅੱਗੇ ਹਨੇਰਾ ਦੀਦਾ ਤਾਂ ਫਿਰ ਉਹ ਕੁਛ ਤਾਂ ਵਿਦੇਸ਼ਾਂ ਨੂੰ ਚਲੇ ਜਾਂਦੇ ਹੈਗੇ ਆ, ਕੁਛ ਜਿਹੜੇ ਹੈਗੇ ਆ ਇੱਥੇ ਫਿਰ ਆਹ ਨਸ਼ੇ ਦੀ ਲਪੇਟ 'ਚ ਆ ਜਾਂਦੇ ਨੇ। ਇਸ ਕਰਕੇ ਅਸੀਂ ਮੇਲਡੀ ਤੌਰ 'ਤੇ ਸਰਕਾਰਾਂ ਨੂੰ ਜ਼ਿੰਮੇਵਾਰ ਸਮਝਦੇ ਹਾਂ ਪਰ ਅਸੀਂ ਆਪਣਿਆਂ ਨੂੰ ਸਮਝਾਉਣ ਵਾਸਤੇ ਵੀ ਜ਼ੋਰ ਮਾਰਨਾ ਪੂਰਾ। ਇਹ ਅਸੀਂ ਦੋਨਾਂ ਪਿੰਡਾਂ ਨੇ ਬਹੁਤ ਤਹੱਦਦ ਕੀਤਾ, ਇਹਦੇ ਵਿੱਚ ਸਾਰੇ ਸਾਡੇ ਜਿਹੜੇ ਸ਼ਾਮਿਲ ਨੇ ਆ ਤੁਸੀਂ ਦੇਖੋ ਸਾਰੇ ਮੋਹਤਬਰ ਵੀ ਸ਼ਾਮਿਲ ਨੇ,
सब मतलब जिहड़े पिंड वासी इस वास्ते एकजुट होए हां कि असी बगैर पार्टी बाजी तो उपर उठ के असी लोकां दी लहर असार के ये जिहड़े वड्डे समगलरां तक सरकार उत्ते दबाव पाउणा कि उन्हां नूं वह गिरफ्तार करके वह फैक्ट्रियां बंद करे इत्थों पंजाब दे विचों वह फैक्ट्रियां बंद करके ये जिहड़ी नशे दे बवाब नूं खत्म करे, नहीं तां यह जिहड़ा हैगा कल्ला यह नहीं भी इत्थे जिहड़े माड़े मोटे समगलर आ वह जिम्मेवार आ, इस करके असी इस लहर नूं अगे तक तोरांगे, यही साडा जिहड़ा मिशन।